ਸਾਡੇ ਸ਼ੇਰ ਪੱਠੇ ਖਾਂਦਾ ਹੈ। ਅਨਾਮ ਕਾਲਾ ਚਾ ਸਾਡਾ ਸ਼ੇਰ ਹੈ, ਆਪਣਾ ਸ਼ੇਰ ਵੱਖਰਾ ਲਿਆਓ। ਹਾਂ ਆ ਜਾ ਸ਼ੇਰ ਹੈ, ਮੇਰੇ ਕੁੱਤੇ ਨਾਲ ਲੜਾ ਹਾਂ ਮਲਾ। ਇਹ ਸ਼ਾਹ ਜੀ ਗੁੱਸਾ ਨਾ ਕਰਨਾ, ਕੁੱਤਾ ਕੁੱਤੇ ਦਾ ਵੈਰ ਹੀ ਹੁੰਦਾ ਹੈ, ਤਾਂ ਹੀ ਆਪਸ ਚ ਲੜਨ ਦਾ। ਰਹੀਮ ਨੂੰ ਬੁਲਾਓ। ਕਿਵੇਂ ਕਹੋਗੇ ਮੁਰਸ਼ਦ, ਇਹਨਾਂ ਨੇ ਤੁਹਾਡੇ ਕੋਲੋਂ ਮਾਰ ਖਾ ਲੈਣੀ ਹੈ। ਤੁਹਾਨੂੰ ਪਤਾ ਨੀ ਸ਼ਾਹ ਜੀ ਕਿੰਨਾ ਮਾਰਦੇ ਨੇ, ਬੜਾ ਮਾਰਦੇ ਨੇ ਸ਼ਾਹ ਜੀ, ਇੰਨੇ ਇੰਨੇ ਦਾਲ ਚੌਲ ਖਾ ਜਾਂਦੇ ਨੀ। ਲੱਖ ਜਾਨ ਕੁਰਬਾਨ ਮੇਰੀ ਤੁਹਾਡੇ ਤੋਂ, ਤੁਹਾਡੀਆਂ ਨਸਲਾਂ ਤੋਂ, ਬਿਸਮਿਲਾ ਕਰਾਂ ਮੇਰੇ ਵੱਡਾ ਸ਼ਾਹ ਕੇ। ਉੱਥੇ ਆਪਣੀ ਜਾਨ ਨਿਸ਼ਾਵਰ ਕਰਾਂ, ਕਿਉਂਕਿ ਸ਼ਾਹ ਦੇ ਸ਼ਾਹ ਸਾਡੀਆਂ ਜ਼ਗੀਰਾਂ ਦੇ ਮਾਲਕ, ਸਾਡੇ ਇਮਾਨ ਦੇ ਵਾਰਸ, ਸਾਡੇ ਜ਼ਿੰਦਗੀ ਦੀ ਜ਼ਮਾਨਤ, ਚੱਲ ਕੇ ਆਪ ਆ ਕੇ ਬਿਸਮਿਲਾ ਕਰਾਂ। ਹਾਂ ਬੜਾ ਸ਼ਾਹਣੀ ਆ ਗਏ। ਮੈਂ ਆ ਗਿਆ ਭਾਈ ਸਾਹਿਬ ਜੀ, ਬਿਸਮਿਲਾ ਭੇਜੀ ਬੈਠਾ ਹੀ। ਐਮਏ ਮਰਾਸੀ ਯਾਦ ਕੀਤਾ ਹੋਇਆ? ਮੈਂ ਵੀਰ ਸਮਝਿਆ ਨਹੀਂ, ਮਰਾਸੀ ਹੋ? ਠੀਕ ਪੁਛਾ ਰਿਹਾ ਤੁਸੀਂ, ਮਰਾਸੀ ਸਾਂ। ਹਾਂ ਬਾਬੇ ਹੋਰਾਂ ਕੋਲ ਇਲਾਜ ਕਰਾਇਆ, ਟਵਾਣੇ ਹੋ ਗਏ। ਅਸੀਂ ਤਾਂ ਭਾਈ ਰਾਜਪੂਤ ਆ, ਪਿਓ ਮੇਰਾ ਜਿੰਨ ਭੂਤ ਏ। ਤੇ ਫਿਰ ਰਲਿਆ ਮਿਲਿਆ ਕੰਮ ਹੋਇਆ ਨਾ, ਕਿਸੇ ਇੱਕ ਦੀ ਜ਼ਿੰਮੇਵਾਰੀ ਤੇ ਨਾ ਹੋਈ। ਜੰਗ ਤੇ ਕਰ ਲਈਏ, ਉਹ ਖੀਰਾ ਤੇ ਕਿੱਡੇ ਬੇਵਕੂਫ ਹੋ, ਜੱਗ ਕੱਢੋ। ਜੱਗ ਕੱਢੋ, ਜੱਗ ਕੱਢੋ, ਮੇਰੇ ਪਿਛਲੇ ਪੈਸੇ ਕੱਢੋ। ਬਿਸਮਿਲਾ ਸਰਕਾਰ, ਬਿਸਮਿਲਾ। ਤਾਜੀ ਸਲਾਮ ਨਹੀਂ ਤਾਂ ਘਰ ਦਾ ਟਿੰਡ ਲੁਕਾਉਂਦਾ ਜੇ। ਇੱਕ ਦੂਜੇ ਨਾਲ ਸਵਾਲ ਜਵਾਬ ਕਰਨ ਦੀ ਇਜਾਜ਼ਤ ਨਹੀਂ ਜੀ ਮੋਤੀਆਂ ਵਾਲੇ। ਅਸੀਂ ਲੱਟ ਤੇ ਖੁਸ਼ ਹਾਂ, ਕਿਉਂ ਅਸੀਂ ਲੱਟ ਤੇ ਖੁਸ਼ ਹਾਂ? ਤੇ ਗੋਰ ਸ਼ਾਹ ਬਾਬਾ ਜੀ ਕੋਈ ਐਸਾ ਬੰਦਾ ਤੇ ਹੈ ਜਿਹਨੇ ਸੱਚ ਬੋਲਣ ਦੀ ਜ਼ਰੂਰਤ ਕੀਤੀ? ਸੱਚ ਮੈਂ ਬੋਲਿਆ ਤੇ ਗੋਲੀ ਵੀ ਤੇ ਮੈਨੂੰ ਹੀ ਵੱਜੀ ਨਹੀਂ। ਰਹੀਮ ਜੀ ਮੋਤੀਆਲ, ਵਕੀਲ ਬੁਲਾਓ। ਵਰਲਡ ਮੈਜਿਸਟ੍ਰੇਟ ਹਾਜ਼ਰ ਹੋ। ਸਲਾਮ ਸ਼ਾਹ ਬਾਬਾ, ਉੱਥੇ ਰੱਖ ਦੇ। ਉੱਥੇ ਨਾ ਰੱਖੀ, ਹੋਇਆ ਮੂੰਹ ਚ ਫੜ ਕੇ ਦੌੜ ਜਾਂਦਾ ਜੀ, ਹੋਇਆ ਪਿੱਛੋਂ ਵੀ ਗੰਜੇ। ਯਾਰ ਤੂੰ ਮੈਨੂੰ ਲਿਖ ਕੇ ਦੇ ਦੇ, ਮੈਂ ਤੈਨੂੰ ਕਿੱਥੋਂ ਕਿੱਥੋਂ ਗੰਜਾ ਚੜਾ। ਚਾਜੀ ਨੂੰ ਫੈਂਟੀ ਲਾਣੀ ਪੈਣੀ ਹੈ ਤੂੰ ਅੱਜ। ਚਾਜੀ ਤੁਸੀਂ ਵੀ ਮਾਰੋ ਗੱਲਾਂ ਕਰੀ ਜਾਂਦੇ। ਵਕੀਲ ਸਾਹਿਬ ਹਾਜ਼ਰੇ ਖਿਦਮਤ ਨੇ ਜੀ ਕੇਸ ਵਾਸਤੇ। ਵਕੀਲ ਸਾਹਿਬ ਜੀ, ਹੁਕਮ ਸ਼ਾਹ ਬਾਬਾ। ਕੇਸ ਦੀ ਕਾਰਵਾਈ ਤੇ ਫੈਸਲਾ ਸਰਕਾਰੀ ਕਾਗਜ਼ਾਂ ਤੇ ਦਰਜ ਹੋਣਾ ਚਾਹੀਦਾ ਹੈ। ਬਿਹਤਰ ਸ਼ਾਹ ਬਾਬਾ। ਚਾਜੀ ਇਹ ਵਕੀਲ ਕੇਸ ਵਾਸਤੇ ਬੁਲਾਇਆ ਜੇ, ਐਵੇਂ ਇੰਨੇ ਪੈਸੇ ਖਰਚੇ ਜੇ ਦਾਈ ਬੁਲਾ ਲੈਣ। ਮੈਨੂੰ
ਵੱਡਾ ਸਾਈ ਬਣੀ ਫਿਰਦਾ ਈ ਵੇਖ ਕਿੱਡੀ ਪਾਗਲਾਂ ਦੀ ਗੱਲ ਕੀਤੀ ਹੈ ਦਾਈ ਬੁਲਾ ਲੈਣੀ ਦਾਈ ਬੁਲਾ ਲੈਣੀ ਸੀ ਅੱਗੇ ਤਾਈ ਨੇ ਕੀ ਹਾਲ ਕੀਤਾ ਬਾ ਭਾਈ ਫਿਰ ਅੱਧੀ ਦਿਹਾੜੀ ਤੇ ਇਹੋ ਜਿਹਾ ਹੀ ਕੰਮ ਹੁੰਦਾ ਅੱਜ ਜਿੱਧਰ ਓਵਰ ਟਾਈਮ ਲੱਗੇ ਨੇ ਉੱਧਰ ਕੀ ਰੌਣਕ ਆਈ ਹੈ ਲੈ ਰੌਣਕ ਨਹੀਂ ਆਈ ਮਾਂ ਮੇਰੀ ਮੈਨੂੰ ਜਤਿੰਦਰ ਕਹਿੰਦੀ ਮਰ ਗਈ ਉਹ ਜਤਿੰਦਰ ਨਹੀਂ ਸੀ ਕਹਿੰਦੀ ਕਹਿੰਦੀ ਸੀ ਜਤਿੰਦਰ ਬਸ ਜੀ ਮੋਤੀਆਲ ਖਾਮੋਸ਼ ਮਾਰੋ ਫੜ ਕੇ ਸ਼ਾਹ ਜੀ ਵੀ ਐਵੇਂ ਚੁੱਪ ਕਰਕੇ ਖਲੋ ਰਹੀਮ ਜੀ ਮੋਤੀਆਲਿਓ ਸ਼ੁਰੂ ਕਰੋ ਖਿਲੋ ਜਾ ਖਿਲੋ ਜਾ ਖਿਲੋ ਕਿੱਥੇ ਜਾਵੇ ਆਪਣਾ ਜੀ ਜਿੱਥੇ ਹੋਵੇਗਾ ਉਹਨੂੰ ਬਾਹਰ ਆਉਣਾ ਪਏਗਾ ਖੈਰ ਨਾ ਮਰਾਸੀ ਨਿਕਲੇ ਨਾ ਨਹੀਂ ਪਹਿਲੇ ਹੁੰਦਾ ਸਾ ਹੁਣ ਮੈਂ ਇਲਾਜ ਕਰਾ ਲਿਆ ਚੌਧਰੀ ਹੁੰਦੇ ਆ ਇਹ ਉਹ ਚੌਧਰੀ ਨੇ ਜਿਹਨਾਂ ਦੀਆਂ ਪੈਲੀਆਂ ਚ ਤਬਲੇ ਉੱਗਦੇ ਨੇ ਆ ਮੈਂ ਕੱਚਾ ਕੱਚਾ ਹੀ ਤੋੜ ਲਿਆ ਗੋਲੀ ਮਾਰ ਦੇਣਾ ਸ਼ੁਰੂ ਕਰੋ ਰੋਜ਼ਾ ਪੰਜ ਮਿੰਟ ਲਈ ਦੁਬਾਰਾ ਆਪਣੀ ਕੌਮ ਨੂੰ ਹਰਜਵੰਤ ਸ਼ਾਹ ਹਰਜਵੰਤ ਸ਼ਾਹ ਵਾਲ ਅਬਦੁੱਲਾ ਸ਼ਾਹ ਨੂਰ ਸ਼ਾਹ ਵਾਲ ਅਬਦੁੱਲਾ ਸ਼ਾਹ ਬਹੁਕਮ ਸੁੱਚੀ ਬਾਦਸ਼ਾਹ ਹੀ ਵੱਡੇ ਸ਼ਹਿਨ ਸ਼ਾਹ ਖਿਦਮਤ ਆਦਿ ਅੱਜ ਹਾਜ਼ਰ ਜੀ ਤੁਹਾਡੇ ਚੀਂਗੇ ਲਾਂਦਾ ਜਿਹਾ ਨਾ ਕਰ ਛਾ ਜੀ ਦੀ ਛੇੜੀ ਉੱਤੇ ਥੱਲੇ ਛਾ ਜੀ ਤੁਹਾਡੀਆਂ ਕੁੜੀਆਂ ਆ ਗਈਆਂ ਇੱਕ ਤੇ ਦੋ ਛਾ ਜੀ ਦੋ ਹੀ ਸਨ ਸਲਾਮ ਕਬੂਲ ਹੋ ਸ਼ਾਹ ਬਾਬਾ ਮੁੱਦਾ ਬਿਆਨ ਹੋ ਸ਼ਾਹ ਬਾਬਾ ਦੇ ਹੁਕਮ ਦੇ ਮੁਤਾਬਿਕ ਪੰਜ ਸਾਲ ਬਾਅਦ ਜਾਗੀਰ ਜਾਇਦਾ ਮੁੰਤਕਲ ਕਰਾਰ ਪਾ ਜਾਏਗੀ ਉਹ ਮੁੱਦਤ ਪੂਰੀ ਹੋ ਚੁੱਕੀ ਹੈ ਤੇ ਜਾਗੀਰ ਦਾ ਵਾਰਸ ਵੀ ਪੈਦਾ ਹੋ ਚੁੱਕਾ ਹੈ ਐਸ ਵਾਸਤੇ ਬੰਦੀ ਦਰਖਾਸਤ ਕਰਦੀ ਹੈ ਕਿ ਆਪਣਾ ਵਾਅਦਾ ਪੂਰਾ ਕਰੋ ਬੰਦੀ ਕੋਈ ਇਤਰਾਜ਼ ਹੈ ਸ਼ਾਹ ਬਾਬਾ ਤੁਸੀਂ ਬੰਦੀ ਹੋ ਇਹਦੇ ਪਿਓ ਦਾ ਨਾਮ ਬੁੰਦੂ ਹੈ ਉਹ ਬੁੰਦੂ ਛੇਤੀ ਛੇਤੀ ਘਰ ਆ ਜਾ ਚਿੱਟੇ ਚੌਲਾਂ ਨਾਲ ਕਾਲਾ ਮੱਛਾ ਪਕਾਰੇ ਇੰਜ ਦੀਆਂ ਗੱਲਾਂ ਨਾ ਕਰੋ ਵੇ ਜਾ ਜੀ ਨੂੰ ਭੁੱਖ ਲੱਗ ਜਾਂਦੀ ਚਾ ਜੀ ਕੰਨ ਨਾ ਪੁੱਟਣਾ ਭੱਲੇ ਕੱਚਾ ਏ ਬੰਦੀ ਕੋ ਇਤਰਾਜ਼ ਸ਼ਾਹ ਬਾਬਾ ਇਤਰਾਜ਼ ਤਸਲੀਮ ਕੀਤਾ ਜਾਂਦਾ ਹੈ ਸ਼ੁਕਰੀਆ ਹਜ਼ੂਰ ਸ਼ਾਹ ਬਾਬਾ ਦੇ ਹੁਕਮ ਚ ਗੱਲ ਵਾਧਿਆ ਤੇ ਸਾਫ਼ ਹੈ ਕਿਉਂ ਬੱਚਾ ਜਗੀਰ ਦਾ ਵਾਰਸ ਹੋ ਸੀ ਜਿਹਦਾ ਤਾਲਕ ਸਿਰਫ ਔਰ ਸਿਰਫ ਅਬਦੁੱਲਾ ਸ਼ਾਹ ਦੀ ਲੜਕੀ ਨੂਰ ਬਾਨੋ ਜਾਂ ਅਰਜਮਤ ਸ਼ਾਹ ਦੇ ਪੁੱਤਰ ਨਾਲ ਹੋ ਸੀ ਬਾਬਾ ਜਾਨ ਸ਼ਾਹ ਬਾਬਾ ਸ਼ਾਹ ਬਾਬਾ ਨੂਰ ਬਾਨੋ ਪੁਰਾਣੀ ਦੁਸ਼ਮਣੀ ਨੂੰ ਬੁਨਿਆਦ ਬਣਾ ਕੇ ਕੇਸ ਨੂੰ ਉਲਝਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਉਹ ਲਾਜਾ ਜ਼ਿਕਰ ਹੈ ਸ਼ਾਹ ਬਾਬਾ ਜਿਹਦਾ ਤਾਲਕ ਸਿਰਫ ਔਰ ਸਿਰਫ ਨੂਰ ਬਾਨੋ ਜਾਂ ਅਰਜਮਤ ਸ਼ਾਹ ਦੇ ਪੁੱਤਰ ਚ ਹੋ ਸੀ ਇਹਦਾ ਕੀ ਮਤਲਬ ਹੈ ਨੂਰ ਬਾਨੋ ਇਹਦਾ ਮਤਲਬ ਸਿਰਫ ਪਸਾਦ ਹੈ ਨੂਰ ਬਾਨੋ ਨੂੰ ਬੋਲਣ ਦੀ ਇਜਾਜ਼ਤ ਹੈ ਇਹ ਗੁਲਾਬ ਸ਼ਾਹ ਕੌਣ ਹੈ ਗੁਲਾਬ ਸ਼ਾਹ ਇੱਕ ਮਾਮੂਲੀ ਮਜ਼ਾਰਮ ਸਾਥ ਕਿਹਦਾ ਪੁੱਤਰ ਹੈ ਸ਼ਾਹ ਬਾਬਾ ਹੈ ਇਹਦਾ ਕੋਈ ਸਬੂਤ ਇਹਦਾ ਕੋਈ ਸਬੂਤ ਨਹੀਂ ਕੀ ਤੌਰ ਤੇ ਮਾਰੂ ਦੋਵੇਂ ਹੱਥ ਦੇ ਗਵਾਹ ਹਨ ਸ਼ਾਹ ਬਾਬਾ ਆ ਝੂਠ ਹੈ ਜੀ ਲੈ ਝੂਠ ਹੈ ਦਾਰੂ ਝੂਠ ਹੈ ਸੁਣ ਲੈ ਸ਼ਾਹ ਬਾਬਾ ਆ ਝੂਠ ਹੈ ਝੂਠ ਹੈ ਝੂਠ ਹੈ ਫਸੋਣ ਲੱਗੀ ਸਾਨੂੰ ਹੁਣ ਤੇ ਫੈਸਲਾ ਮੇਰੇ ਹੱਥ ਵਿੱਚ ਦੇ ਦਿਓ ਸ਼ਾਹ ਬਾਬਾ ਇਹ ਦੁਆ ਤੇ ਮਾਤ ਦਾ ਖਾਫ ਹੈ ਇਹਨਾਂ ਨੂੰ ਜਾਂਦੀ ਆ ਮਾਨ ਬਖਸ਼ੀ ਜਾਏ ਦੋ ਮਿੰਟ ਦੇ ਸੱਚ ਨਾ ਬੋਲਣ ਤੇਰਾ ਨੂੰ ਗੋਲੀ ਮਾਰ ਦਿੱਤੀ ਜਾਏ ਆ ਲੋ ਮੇਰੇ ਰੱਬਾ ਦੇਖਿਆ ਦੋ ਮਿੰਟਾਂ ਚ ਕੀ ਕਰਨਾ ਹੈ ਦੋ ਮਿੰਟਾਂ ਚ ਘਰੋਂ ਵੀ ਨਹੀਂ ਹੋ ਕੇ ਆ ਸਕਦੇ ਓਏ ਸਿਰਫ ਦੋ ਮਿੰਟ ਨੇ ਇਕੱਠਿਆਂ ਮਰਨਾ ਜੇ ਤੂੰ ਵੀ ਟੈਂਡ ਕਰਾ ਲੈ ਓਏ ਕੋਈ ਖਾਸ ਦੱਸ ਯਾਰ ਜੂਹੀ ਚਾਵਲਾ ਨਾਲ ਵਿਆਹ